ਲੁਧਿਆਣਾ ਦੇ ਹੈਬੋਲ ਇਲਾਕੇ ਦੇ ਵਿੱਚ ਉਸ ਵੇਲੇ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਵੇਲੇ ਇੱਕ ਮਹਿਲਾ ਪੱਖੋਂ ਦੂਜੀ ਮਹਿਲਾ ਦੇ ਉੱਤੇ ਕੁਲਹਾੜੀ ਦੇ ਨਾਲ ਡਰਾਉਣ ਦੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ। ਦਰਅਸਲ ਇਹ ਹਮਲਾ ਉਸ ਵੇਲੇ ਦੇਖਣ ਨੂੰ ਮਿਲਿਆ ਜਿਸ ਵੇਲੇ ਇੱਕ ਕੁੱਤੇ ਦੇ ਵੱਢਣ ਨੂੰ ਲੈ ਕੇ ਇੱਕ ਪੜੋਸੀ ਵੱਲੋਂ ਦੂਜੇ ਪੜੋਸੀ ਨੂੰ ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਹੀ ਦੂਜੀ ਪੜੋਸਨ ਜਿਹੜੀ ਹੈ ਉਸ ਨੂੰ ਧਮਕਾਉਂਦੇ ਹੋਏ ਔਰ ਉਹਨੂੰ ਡਰਾਉਂਦੇ ਹੋਏ ਕੁਲਾੜੀ ਲੈ ਕੇ ਬਾਹਰ ਆ ਜਾਂਦੀ ਹੈ ਔਰ ਉਸ ਦੀਆਂ ਸੀਸੀਟੀਵੀ ਕੈਮਰੇ ਦੀ ਜਿਹੜੀ ਫੁਟੇਜ ਹੈ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਔਰ ਫਿਲਹਾਲ ਘਾਇਲ ਜਿਹੜਾ ਪੜੋਸੀ ਹੈਗਾ ਉਹ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚ ਚੁੱਕਾ ਹੈ ਔਰ ਸਿਵਲ ਹਸਪਤਾਲ 'ਚ ਉਸਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਪੜੋਸੀ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ ਕਿ ਜਿਹੜੇ ਡਰਾਉਣ ਦੇ ਔਰ ਜਿਹੜਾ ਕੁਲਾੜੀ ਲੈ ਕੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਮਹਿਲਾ ਪੱਖੋਂ ਉਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਭਾਅ ਜੀ ਹੈਦਰ ਇਨਕਲੇਵ ਤੋਂ ਆਇਆ ਜੀ ਨੂਰ ਗ੍ਰੀਨ। ਭਾਅ ਜੀ ਗੱਲ ਹੈ ਰਾਤ ਨੂੰ ਆਪਣੀ ਮਿਸਿਜ ਨੂੰ ਲੈ ਕੇ ਆ ਰਿਹਾ ਸੀ, ਮਿਸਿਜ ਨੂੰ ਲੈ ਕੇ ਜਦੋਂ ਮੈਂ ਆਪਣੇ ਘਰ ਦੇ ਕੋਲ ਪਹੁੰਚਿਆ ਲਾਈਟ ਗਈ ਸੀ, ਸਾਹਮਣੇ ਜਿਹੜੀ ਸਾਡੀ ਪੜੋਸਨ ਸੀ ਉਹ ਆਪਣੇ ਕੁੱਤਿਆਂ ਨੂੰ ਖਵਾ ਰਹੀ ਸੀ ਦਲੀਆ, ਉਹ ਕੁੱਤਾ ਮੈਨੂੰ ਇੱਕਦਮ ਪੈ ਗਿਆ, ਜੇ ਮੇਰੀ ਬਾਈ ਚਾਂਸ ਸੜੀ ਨਾ ਆਉਂਦੀ ਮੈਨੂੰ ਉਹਦੀ ਸਪੋਰਟ ਨਾ ਆਉਂਦੀ ਅਤੇ ਮੇਰਾ ਉਹਨੇ ਮਾਸਕ ਕੱਢ ਕੇ ਲਿਆਉਣਾ, ਚੱਕ ਤਾਂ ਮੈਨੂੰ ਵੱਢ ਲਿਆ ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਦਾਂ ਗੱਲ ਹੈਗੀ ਤੁਸੀਂ ਆਪਣੇ ਕੁੱਤਿਆਂ ਨੂੰ ਸੰਭਾਲ ਕੇ ਰੱਖੋ, ਕਹਿੰਦੀ ਤੁਸੀਂ ਨਾਮ ਲੈਣਾ ਸੀ ਕੁੱਤੇ ਦਾ ਆਪਣਾ ਜੋ ਵੀ ਸੀ ਟੋਮੀ ਜੋ ਵੀ, ਮੈਂ ਕਿਹਾ ਮੈਂ ਤਾਂ ਕਿਸੇ ਨੂੰ ਬੁਲਾਉਂਦਾ ਨਹੀਂ ਅਤੇ ਮੈਨੂੰ ਬੰਦਿਆਂ ਦਾ ਨਾਮ ਨਹੀਂ ਪਤਾ ਅਤੇ ਮੈਨੂੰ ਕੁੱਤਿਆਂ ਦਾ ਨਾਮ ਕੀ ਪਤਾ ਹੋਣਾ ਅਤੇ ਇੰਨੇ ਗੱਲ ਨੂੰ ਉਹ ਭੜਕ ਗਏ ਅਤੇ ਉਹਨਾਂ ਦਾ ਅਸੀਂ ਖੜ੍ਹੇ ਸੀ, ਉਹਨਾਂ ਦਾ ਹਸਬੈਂਡ ਆਇਆ ਕਹਿੰਦਾ ਜੀ ਜੋ ਕਰਨਾ ਬਸ ਇੰਨੀ ਗੱਲ ਕਹਿ ਕੇ ਕਹਿੰਦਾ ਜੋ ਕਰਨਾ ਕਰ ਲਓ ਰਿਪੋਰਟ ਲਿਖਾਣੀ ਲਿਖਾ ਦਿਓ, ਬਸ ਉਹ ਚਲੇ ਅੱਗੇ ਚਲੇ ਗਿਆ, ਉਹ ਅੰਦਰ ਚਲੇ ਗਏ। ਜਨਾਨੀਆਂ ਨਾਲ ਕੀ ਹੋਇਆ ਅੱਜ? ਜਨਾਨੀਆਂ ਨਾਲ ਜੀ ਮੈਂ ਅਸੀਂ ਆਪਣੇ ਫਿਰ ਘਰੇ ਚਲੇ ਗਏ, ਸਾਨੂੰ ਮੈਂ ਆਪਣੀ ਮਿਸੀ ਨੂੰ ਲੈ ਕੇ ਅੰਦਰ ਚਲੇ ਗਿਆ, ਅਸੀਂ 15-20 ਮਿੰਟ ਆਪਣਾ ਬਾਹਰ ਆਏ ਫਿਰ ਅਸੀਂ ਜਾ ਰਹੇ ਸੀ ਆਦਿ ਵਿਚਕਾਰ ਪਹੁੰਚੇ ਅਤੇ ਸਾਡੇ ਜਿਹੜੇ ਉਹਨਾਂ ਦਾ ਉੱਥੇ ਗਰੁੱਪ ਬਾਈ ਗਰੁੱਪ ਸਿਸਟਮ ਬਣਿਆ, ਦੋ ਘਰ ਸੀ, ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਕੀ ਹੈ, ਮੈਂ ਕਿਹਾ ਜੀ ਇੱਦਾਂ ਦਾ ਗੱਲ ਹੋਈ ਆ ਕੁੱਤੇ ਨੇ ਵੜ ਲਿਆ, ਕਹਿੰਦੇ ਜੀ ਮੁੜ ਕੇ ਕਹਿੰਦੇ ਟੀਕੇ ਲਵਾਉਂਦੇ ਹਾਂ ਇਹ ਕਰਦੇ ਹਾਂ, ਅੱਧਾ ਪੌਣਾ ਘੰਟਾ ਹੋ ਗਿਆ ਖਲਤਾ ਤਾਂ ਕੋਈ ਆਇਆ ਨਹੀਂ ਅਤੇ ਫਿਰ ਉਹ ਇੰਨੇ 'ਚ ਉਹ ਭੜਕ ਗਏ, ਕਹਿੰਦੇ ਤੁਸੀਂ ਇਹਨਾਂ ਨੂੰ ਦੱਸਦੇ ਹੋ ਯੇ ਹੈ ਵੋ ਮੇਰਾ ਇੱਦਾਂ ਕਰ ਲੈਣਗੇ, ਉਹਨਾਂ ਨੇ ਇੱਦਾਂ ਦੇ ਗਲਤ ਲਫ਼ਜ਼ ਬਿਆਨ ਕੀਤੇ ਆ ਕਿ ਮੈਂ ਬੰਦਿਆਂ ਦੇ ਮੂੰਹ ਤੋਂ ਸੁਣਿਆ ਜਿੰਨਾ ਉਹ ਸਰ ਕੋਈ ਡਾਂਗਾ ਡੂੰਗਾ ਵੀ ਕੋਈ ਹੋਰ ਵੀ ਲੱਗਾ ਚੀਜ਼ਾਂ? ਹਾਂਜੀ ਮੇਰੀ ਅੱਜ ਸਾਸੂ ਮਾਂ ਆਈ ਸੀ, ਸੱਸ ਆਈ ਸੀ ਅਤੇ ਨਾਲ ਸਾਲੀ ਆਈ ਸੀ ਅਤੇ ਉਹ ਅੰਦਰ ਗਏ ਗੱਲ ਕਰਨ ਗਏ ਅਤੇ ਉਹ ਭੜਕ ਗਏ। ਅਤੇ ਜਿਹੜੇ ਕੁੱਤੇ ਨੇ ਤੁਹਾਨੂੰ ਵੱਢਿਆ ਉਹ ਪਾਲਿਆ ਹੋਇਆ ਜਾਂ ਫਿਰ ਗਲੀ ਦਾ ਬਾਰਾ? ਸਰ ਉਹ ਜੇ ਆਪਾਂ ਜੇ ਜਿਸ ਦੀ ਕੇਅਰ ਕਰਦੇ ਹਾਂ ਪੂਰੀ ਰਖਵਾਲੀ ਕਰਦੇ ਹਾਂ ਸਭ ਕੁਝ ਕਰਦੇ ਹਾਂ ਉਹ ਇੱਕ ਤਰ੍ਹਾਂ ਪਾਲਿਆ ਹੀ ਹੁੰਦਾ। ਇਹ ਕੁੱਤੇ ਨੇ ਵੱਢਿਆ ਜਾਂ ਜਾਣ ਬੁੱਝ ਕੇ ਵਢਵਾਇਆ ਗਿਆ? ਨਹੀਂ ਵੱਢਿਆ ਤਾਂ ਕੁੱਤੇ ਨੇ ਇਹੀ ਪਾ ਰਹੇ ਸੀ ਬਸ ਉਹ। ਅਤੇ ਤੁਹਾਡੀ ਅੱਖ ਤੇ ਵੀ ਲਾਲ ਪਈ, ਇੱਥੇ ਵੀ ਸੱਟਾਂ ਸੱਟਾਂ ਮਾਰੀਆਂ? ਹਾਂਜੀ ਇੱਥੇ ਵੀ ਲੱਗੀ ਆ ਜੀ। ਅੱਛਾ ਅਤੇ ਉਹੀ ਪੜੋਸੀਆਂ ਵੱਲੋਂ ਮਾਰਿਆ ਗਿਆ? ਹਾਂਜੀ। ਕੀ ਨਾਮ ਆ ਉਹਨਾਂ ਦਾ ਜਿਹੜੇ ਵੱਲੋਂ ਹਮਲਾ ਕੀਤਾ ਗਿਆ ਤੁਹਾਡੇ 'ਤੇ? ਮੇਰੇ ਪੜੋਸੀ ਦੀਪਾ ਹੀ ਆ ਜੀ ਉਹ। ਅੱਛਾ ਇਸ ਤੋਂ ਪਹਿਲਾਂ ਵੀ ਕਦੀ ਇੱਦਾਂ ਹਮਲਾ ਹੋਇਆ ਕੋਈ ਲੜਾਈ ਝਗੜਾ? ਪਹਿਲਾਂ ਜੀ ਉਹਨਾਂ ਦਾ ਪਿੱਛੇ ਮਹੀਨਾ ਕੁ ਪਹਿਲਾਂ ਉਹਨਾਂ ਦਾ ਹਸਬੈਂਡ ਮੈਂ ਘਰ ਨਹੀਂ ਸੀ, ਮੈਂ ਕਈ ਵਾਰੀ ਕੰਮ ਦੇ ਸਿਲਸਿਲੇ ਬਾਹਰ ਰਹਿੰਦਾ ਜੀ ਅਤੇ ਮੇਰੀ ਉਹ ਡਰਿੰਕ ਡਰੁੰਕ ਕੀਤੀ ਹੋਈ ਸੀ, ਮੇਰੀ ਵਾਈਫ ਨੂੰ ਕਹਿੰਦਾ ਜੀ ਮੈਂ ਲਫ਼ਜ਼ ਨਹੀਂ ਬੋਲਣਾ ਚਾਹੁੰਦਾ, ਬਹੁਤ ਧਮਕੀਆਂ ਜੀ ਇਹ ਕਹਿੰਦਾ ਜੀ ਇੱਥੇ ਮੋਬਾਈਲ ਨਹੀਂ ਚਲਾਉਣਾ, ਇੱਥੇ ਵਾਸ਼ਿੰਗ ਮਸ਼ੀਨ ਨਹੀਂ ਚਲਾਉਣੀ। ਫਿਰ ਮੈਂ ਅਸੀਂ ਕਿਹਾ ਜੀ ਸਾਡਾ ਆਪਣਾ ਅਸੀਂ ਕਿਹੜਾ ਕਿਰਾਏ 'ਤੇ ਰਹਿੰਦੇ ਹਾਂ, ਸਾਡਾ ਆਪਣਾ ਘਰ ਹੈ, ਅਸੀਂ ਜੋ ਮਰਜ਼ੀ ਕਰੀਏ ਆਪਣੇ ਘਰ 'ਚ। ਹੁਣ ਡਰ ਲੱਗ ਰਿਹਾ? ਸਾਡਾ ਡਰ ਤਾਂ ਲੱਗਦਾ ਹੀ ਆ ਜੀ, ਹੁਣ ਬੰਦਾ ਇੱਕ ਮੇਰੇ ਰਿਸ਼ਤੇਦਾਰ ਸਾਰੇ ਅਸੀਂ 10-12 ਕਿਲੋਮੀਟਰ ਦੂਰ ਰਹਿੰਦੇ ਹਾਂ, ਆਉਣ ਨੂੰ ਵੀ ਘੰਟਾ ਡੇਢ ਘੰਟਾ, ਨਾ ਉੱਥੇ ਕਨਵੇਸ ਮਿਲਦੀ ਹੈ ਨਾ ਕੁਛ, ਆਂਢ ਗੁਆਂਢ ਵੀ ਕਿਸੇ ਦਾ ਹੈਲਪ ਨਹੀਂ ਕਰਦੇ ਸਾਰੇ ਉਹਨਾਂ। ਕਿਸ ਚੀਜ਼ ਦਾ ਕਰਦੇ ਹੋ ਤੁਸੀਂ? ਸਰ ਮੈਂ ਛੋਟਾ ਮੋਟਾ ਕੰਮ ਹੀ ਕਰਦਾ ਜੀ, ਡਿਲੀਵਰੀ ਦਾ ਕੰਮ ਕਰਦਾ ਜੀ ਮੈਂ ਤਾਂ ਬਸ। ਅੱਛਾ ਜੀ ਅਤੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ? ਸਰ ਮੰਗ ਕਈ ਪ੍ਰਸ਼ਾਸਨ ਤੋਂ ਕਰਦਾ, ਬਸ ਮੈਨੂੰ ਇਨਸਾਫ ਮਿਲੇ ਜੀ, ਬਸ ਮੈਨੂੰ ਡਰ ਲੱਗਦਾ ਕਿ ਮੈਨੂੰ ਕੁਛ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੁਛ ਹੋ ਨਾ ਜਾਵੇ, ਹਰ ਟਾਈਮ ਸਾਨੂੰ ਅਸੀਂ ਨਾ ਬਾਹਰ ਬਹਿ ਸਕਦੇ ਹਾਂ ਨਾ ਕੋਈ ਕਿਸੇ ਨਾਲ ਗੱਲ ਕਰ ਸਕਦੇ ਹਾਂ, ਬਸ ਜੇ ਬਹੀਏ ਤਾਂ ਸਾਨੂੰ ਅੰਦਰੋਂ ਮਨ 'ਚ ਇਹ ਲੱਗਿਆ ਰਹਿੰਦਾ ਕਿ ਸਾਨੂੰ ਕੁਛ ਹੋਣਾ। ਸਰ ਬਹੁਤ ਵਾਰੀ ਹੋਈ ਹੈ, ਅਸੀਂ ਇਗਨੋਰ ਕੀਤੀ ਆ ਜੀ, ਮੇਰੀ ਪਿਛਲੇ ਸਾਲ ਵੀ ਹੋਈ ਸੀ, ਬਾਈਕ ਤੋੜੀ ਸੀ ਉਹਨਾਂ ਨੇ, ਉਦੋਂ ਮੇਰੇ ਮੰਮਾ ਆਏ ਸੀ ਘਰ, ਉਹ ਕਹਿੰਦੇ ਨਹੀਂ ਚਲੋ ਅਸੀਂ ਚਲੋ ਉਹਨਾਂ ਨੇ ਗਲਤੀ ਕੀਤੀ, ਚਲ ਕੋਈ ਗੱਲ ਨਹੀਂ ਪਹਿਲੀ ਗਲਤੀ ਚਲੋ ਕਹਿੰਦੇ ਮਾਫ਼ ਹੈ, ਉਦੋਂ ਵੀ ਹੋਈ ਸੀ, ਉਸ ਤੋਂ ਬਾਅਦ ਫਿਰ 2-4 ਵਾਰੀ ਹੋਈ, ਅਸੀਂ ਪਰ ਇਗਨੋਰ ਕਰਤਾ, ਅਸੀਂ ਇਗਨੋਰ ਹੀ ਕਰਕੇ ਆਪਣੇ ਘਰ 'ਚ ਬੈਠੇ ਹੁੰਦੇ ਸੀ।